ਅੱਜ ਜੋ ਸਾਡੇ ਕੌਂਸਲਰ ਰਾਜਪ੍ਰੀਤ ਰਾਜੀ ਜੀ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਗਲਤ ਢੰਗ ਦੇ ਨਾਲ ਜੋ ਆਪਣੇ ਅਹੁਦੇ ਤੋਂ ਫਾਰਗ ਕੀਤਾ ਗਿਆ ਤੇ ਅਸੀਂ ਉਹਦੇ ਬਾਰੇ ਅੱਜ ਪ੍ਰੈਸ ਕਾਨਫਰੰਸ ਕਰਨ ਆਏ ਹਾਂ। ਪਿੰਕੂ ਪ੍ਰਧਾਨ ਜੀ ਸਾਡੇ, ਦਰਸ਼ਨ ਸੰਧੂ ਜੀ ਸਾਡੇ ਬਲਾਕ ਦੇ ਪ੍ਰਧਾਨ ਤੇ ਕੌਂਸਲਰ ਧਰਮਪਾਲ ਜੀ ਸਾਡੇ ਸਿਟੀ ਦੇ ਪ੍ਰਧਾਨ, ਕਿਉਂਕਿ ਸਰਕਾਰਾਂ ਜਿਸ ਤਰ੍ਹਾਂ ਕਿ ਮੇਨ ਮੁੱਦਾ ਤਾਂ ਇਹਨਾਂ ਦਾ ਇਹ ਹੈ ਕਿ ਪਿਛਲੇ 2.5 ਸਾਲ ਤੋਂ ਜਿਹੜੀ ਉਰੇ ਨਗਰ ਕੌਂਸਲ ਦੀ ਜੋ ਚੋਣ ਹੈ ਉਹ ਨਹੀਂ ਹੋਈ। ਉਹਦੇ ਕਾਰਨ ਕਰਕੇ ਜਦੋਂ ਚੋਣ ਹੋਈ ਸੀ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਤੇ ਉਸ ਤੋਂ ਬਾਅਦ ਸਰਕਾਰ ਬਦਲ ਗਈ, ਆਮ ਆਦਮੀ ਦੀ ਸਰਕਾਰ ਆ ਗਈ। ਇਹ ਟੇਢੇ ਢੰਗ ਦੇ ਨਾਲ ਇਹ ਨਗਰ ਕੌਂਸਲ ਤੇ ਕਾਬਜ਼ ਹੋਣਾ ਚਾਹੁੰਦੇ ਹੈ। ਜਿਹੜਾ ਵੀ ਕੋਈ ਇੱਥੇ ਕੰਮ ਕਰਦਾ ਹੈ, ਪਾਰਟੀ ਕਾਂਗਰਸ ਲਈ ਕੰਮ ਕਰਦਾ ਜਾਂ ਨਗਰ ਕੌਂਸਲ ਲਈ ਕੰਮ ਕਰਨਾ ਚਾਹੁੰਦਾ, ਇਸ ਤਰ੍ਹਾਂ ਸਾਡੇ ਰਾਜਵੀਰ ਰਾਜੀ ਜੀ ਬਹੁਤ ਵਧੀਆ ਕੰਮ ਕਰਦੇ ਹੈ ਤੇ ਇਹਨਾਂ ਨੇ ਹਰੇਕ ਮੁੱਦੇ ਦੇ ਉੱਤੇ ਮੁੱਦਿਆਂ ਨੂੰ ਚੱਕਿਆ ਹੈ ਤੇ ਜੋ ਸ਼ਿਕਾਇਤ ਕਰਤਾ ਤੇ ਇਹਨਾਂ ਨੂੰ ਹਟਾਇਆ ਗਿਆ ਉਹਦੇ ਲਈ, ਕਿਉਂਕਿ ਉਹ ਈਓ ਸਾਹਿਬ ਦੀ ਜੋ ਗੱਡੀ ਸੀ ਉਹਦੇ ਵਿੱਚ 4 ਕੌਂਸਲਰ ਸੀ ਤੇ ਇੱਕ 4 ਕੌਂਸਲਰ ਹੋਰ ਇਹ ਡੀਸੀ ਸਾਹਿਬ ਨੂੰ ਮਿਲਣ ਗਏ ਸੀ, 8 ਕੌਂਸਲਰ। ਇੱਕ ਦੂਜੀ ਗੱਡੀ ਸੀ, ਇੱਕ ਈਓ ਸਾਹਿਬ ਵਾਲੀ ਗੱਡੀ ਸੀ, ਜਦਕਿ ਉਹ ਜਿਹੜੀ ਗੱਡੀ ਸੀ ਜਿਹੜੀ ਸ਼ਿਕਾਇਤ ਆ ਉਹ ਰਿੰਪੀ ਕੁਮਾਰ ਦੇ ਨਾਮ ਤੇ ਆ, ਉਹਦੇ ਤੇ ਰਾਜਪ੍ਰੀਤ ਰਾਜੀ ਜੀ ਦਾ ਕੋਈ ਨਾਮ ਨਹੀਂ ਹੈਗਾ। ਉਹ ਜਿਹੜੀ ਸ਼ਿਕਾਇਤ ਆ ਉਸਦੇ ਖਿਲਾਫ਼ ਹੋਈ ਵੀ ਸੀ ਤੇ ਉਹ ਬਦਲਖੋਰੀ ਦੇ ਨੀਤੀ ਦੇ ਨਾਲ ਹਟਾਇਆ ਇਹਨਾਂ ਨੂੰ ਗਿਆ ਜੀ। ਸੋ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਜਿਹੜੇ ਇਹ ਢੰਗ ਦੇ ਨਾਲ ਸਾਡੇ ਵਰਕਰਾਂ ਤੇ ਇਹ ਜੋ ਕਰ ਰਹੇ ਹੋ ਬਦਲਾਖੋਰੀ ਦੀ ਨੀਤੀ ਦੇ ਨਾਲ, ਸਰਕਾਰਾਂ ਆਉਂਦੀਆਂ ਰਹਿੰਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ। ਮੈਂ ਉਹਨਾਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਰਕਾਰ ਦੇ ਦਬਾਅ ਦੇ ਵਿੱਚ ਆ ਕੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਨੇ, ਸਰਕਾਰਾਂ ਬਦਲਦੀਆਂ ਰਹਿੰਦੀਆਂ। ਕਾਰਵਾਈ ਜੇ ਕਰਨੀ ਹੈ ਤਾਂ ਮੈਨੂੰ ਦੱਸੋ ਜਿਹੜੀ ਕਿ ਸਾਡੀ MLA ਹੈ ਜਿਹਨੇ ਕੋਠੀ ਦੱਬੀ ਹੈ ਤੇ ਸਰਬਜੀਤ ਕੌਰ ਮਾਣਕੇ, ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ? ਜਿਹੜੇ ਸਰਾਰੀ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ? ਵਿਜੇ ਸਿੰਗਲੇ ਤੇ ਕਾਰਵਾਈ ਕਿਉਂ ਨਹੀਂ ਹੋਈ? ਜਦ ਕੋਈ ਇਹਨਾਂ ਦੇ ਮਸਲਾ ਆਉਂਦਾ ਇਹਨਾਂ ਦੀ ਪਾਰਟੀ ਦਾ ਤਾਂ ਸ੍ਰੀ ਭਗਵੰਤ ਮਾਨ ਜੀ ਇਹ ਚੁੱਪ ਹੋ ਜਾਂਦੇ ਹੈ। ਕੋਠੀ ਦੇ ਲਈ ਅੱਜ 10 ਦਿਨ ਹੋ ਗਏ, ਕਿਉਂ ਨਹੀਂ ਇਹਨਾਂ ਦੀ ਜ਼ੁਬਾਨ ਖੁੱਲ ਰਹੀ? ਕਿਉਂ ਨਹੀਂ ਇਹਨਾਂ ਦੀ ਇੱਕ ਹੋਰ ਇੱਕ ਪੰਚ ਸਾਡਾ ਰਾਏਪੁਰ ਦਾ, ਉਹ ਵੀ ਅੱਜ ਮੈਂ ਪੜ੍ਹ ਰਿਹਾ ਸੀ, ਉਹਨੂੰ ਵੀ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਮਤਲਬ ਕਿ ਆਪਣੀ ਸਰਕਾਰ ਦੀ ਇਹ ਹਰ ਤਰ੍ਹਾਂ ਦਾ ਦਬਾਅ ਪਾ ਕੇ ਸਾਡੇ ਜੋ ਇੱਥੇ ਕੌਂਸਲਰ ਹੈ ਉਹਨਾਂ ਨੂੰ ਦਬਾਉਣਾ ਚਾਹੁੰਦੇ ਹੈ, ਇੱਥੇ ਕਾਬਜ਼ ਹੋਣਾ ਚਾਹੁੰਦੇ ਹੈ, ਜੋ ਕਿ ਅਸੀਂ ਇਸ ਇਹਦੀ ਨਿਖੇਧੀ ਕਰਦੇ ਹਾਂ ਜੋ ਸਰਕਾਰ ਦੀ ਕਾਰਵਾਈ ਹੋਈ ਹੈ। ਤੇ ਅਸੀਂ ਆਪਣੇ ਕੌਂਸਲਰ ਦੇ ਨਾਲ ਪਿੱਠ ਨਾਲ ਪਿੱਠ ਜੋੜ ਕੇ, ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਹਰ ਅਸੀਂ ਤਰ੍ਹਾਂ ਦੀ ਇਹਦੀ ਮਦਦ ਕਰਾਂਗੇ। ਜੇ ਸਾਨੂੰ ਕੋਰਟ ਜਾਣਾ ਪਿਆ ਕੋਰਟ ਜਾਵਾਂਗੇ, ਜਿਹੜੀਆਂ ਅਗਲੀਆਂ ਕਾਰਵਾਈਆਂ, ਜੇ ਸਾਨੂੰ ਪ੍ਰਦਰਸ਼ਨ ਕਰਨਾ ਪਿਆ ਰੋਸ ਮੁਜ਼ਾਹਰੇ ਕਰਨੇ ਪਏ ਉਹ ਵੀ ਕਰਾਂਗੇ ਸਰਕਾਰ ਦੇ ਖਿਲਾਫ਼। ਅਸੀਂ ਸਾਡੇ ਕੌਂਸਲਰ ਜਿੰਨੇ ਵੀ ਇੱਥੇ ਮਰੰਡੇ ਦੇ ਹੈ ਅਸੀਂ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਅਸੀਂ ਕੋਈ ਵੀ ਕਾਰਵਾਈ ਦੀ ਸਰਕਾਰ ਦੀ ਇਹੋ ਜਿਹੀਆਂ ਕਾਰਵਾਈਆਂ ਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ। ਜੋ ਵੀ ਅਗਲੀ ਜੋ ਸਾਨੂੰ ਕਦਮ ਚੱਕਣਾ ਪਿਆ ਅਸੀਂ ਜ਼ਰੂਰ ਚੱਕਾਂਗੇ, ਸਖ਼ਤ ਕਦਮ ਚੱਕਾਂਗੇ। ਮੈਂ ਜੀ ਰਾਜਪ੍ਰੀਤ ਸਿੰਘ ਰਾਜੀ, ਜੋ ਮੇਰੇ ਤੇ ਅੱਜ ਕਾਰਵਾਈ ਹੋਈ ਹੈ ਇਹ, ਅਸੀਂ 8/6/2022 ਨੂੰ ਅਸੀਂ ਨਗਰ ਕੌਂਸਲ ਦੀ ਜਦੋਂ ਸਾਡੀਆਂ ਅਫਸਰ ਸ਼ਿਕਾਇਤਾਂ ਸੁਣਦੇ ਨਹੀਂ ਸੀ ਉਹਦੇ ਸੰਬੰਧ 'ਚ ਅਸੀਂ DC ਮੈਡਮ ਨੂੰ ਮੰਗ ਪੱਤਰ ਦੇਣ ਗਏ ਹਾਂ। ਉਸ ਤੋਂ ਬਾਅਦ ਰਕੇਸ਼ ਸ਼ਰਮਾ ਜੀ ਨੇ ਇੱਕ ਦਰਖਾਸਤ ਦਿੱਤੀ ਸੀ ਵੀ ਗੱਡੀ ਬਲੈਰੋ ਦੀ ਦੁਰਵਰਤੋਂ ਕਰੀ ਹੈ, ਉਹਦੇ ਵਿੱਚ ਮੇਰਾ ਕਿਤੇ ਵੀ ਨਾਂ ਨਹੀਂ, ਰਿੰਪੀ ਕੁਮਾਰ ਦਾ ਨਾਂ ਅਤੇ ਹੋਰ MC ਇਸ ਤਰ੍ਹਾਂ ਦੇ। ਉਹ ਦਰਖਾਸਤ ਦਾ ਬਿਲਕੁਲ ਅਸੀਂ ਡਰਾਈਵਰ ਤੋਂ ਬਿਆਨ ਲੈ ਕੇ ਨਾਲ ਜੋ ਵੀ ਡਾਕੂਮੈਂਟ ਲੱਗੇ ਤਾਂ ਉਸ ਟਾਈਮ ਲਾਤੇ, ਮੁੜ ਕੇ ਸਰਕਾਰ ਨੇ ਫਿਰ ਦੁਬਾਰੇ ਕਾਰਵਾਈ ਕਰੀ, ਦਰਖਾਸਤ ਮੈਨੂੰ ਫਿਰ ਆਈ। ਲੇਕਿਨ ਜਿੱਥੇ ਉਹ ਕਹਿੰਦੇ ਵੀ ਇਹਨਾਂ ਨੇ ਸਪਸ਼ਟੀਕਰਨ ਦਿੱਤਾ, ਮੈਂ 40 ਪੇਜਾਂ ਦਾ ਇੱਕ ਸਾਰਾ ਪੂਰਾ ਮੈਮੋਰੈਂਡਮ ਬਣਾ ਕੇ ਦਿੱਤਾ ਤਾ ਉਹਨਾਂ ਨੂੰ। ਉਸ ਤੋਂ ਬਾਅਦ ਲੌਗ ਬੁੱਕ ਦੀਆਂ ਕਾਪੀਆਂ ਉਹ ਵੀ ਮੰਗਾ ਕੇ ਸਰਕਾਰ ਨੂੰ ਭੇਜੀ, ਜਿਹਦੇ 'ਚ ਮੈਂ ਲਿਖਿਆ ਕਲੀਅਰ ਵੀ 8 ਕੌਂਸਲਰ DC ਮੈਡਮ ਨੂੰ ਮਿਲ ਲੱਗਾ ਥੱਲੇ ਮੇਰੇ ਸਾਈਨ ਆ, ਕਿਉਂਕਿ ਅਸੀਂ ਜਦੋਂ ਸਾਨੂੰ ਕੌਂਸਲਰ ਬਣਦੇ ਆਪਾਂ ਨੂੰ ਸੌਂਹ ਲਈ ਜਾਂਦੀ ਸੱਚ ਬੋਲਿਆ ਜਾਵੇ, ਸੱਚ ਦੀ ਆਵਾਜ਼ ਤੇ ਆਪਾਂ ਜਿੰਨੀ ਵੀ ਗੱਲ ਕਰੀ ਆ ਉਹਨਾਂ ਕੋਲ ਇੱਕ ਉਹਨਾਂ ਨੇ ਦਰਖਾਸਤ ਦੇ ਵਿੱਚ ਲਿਖਤਾ ਵੀ ਇਹਨਾਂ ਨੇ ਆਪ ਸਪਸ਼ਟ ਮੰਨਿਆ ਵੀ ਤੇ ਅਸੀਂ ਨਿੱਜੀ ਕੰਮ ਵਾਸਤੇ ਗਏ, ਜਿੱਥੇ ਕਿਤੇ ਅਸੀਂ ਲਿਖਿਆ ਵੀ 8 ਕੌਂਸਲਰ ਗਏ, ਉਹਨਾਂ ਦੀ ਇੱਕ ਲੌਗ ਬੁੱਕ ਦੀ ਕਾਪੀ ਹੋਰ ਆ ਗਈ। ਲੌਗ ਬੁੱਕ ਗੱਡੀ ਦੇ ਵਿੱਚ ਇੱਕ ਹੋਣੀ ਚਾਹੀਦੀ ਆ, ਇਹ ਲੌਗ ਬੁੱਕ ਦੀਆਂ 2 ਕਾਪੀਆਂ, ਜਿਹਦੇ 'ਚ ਪਹਿਲੀ ਗੱਲ ਤਾਂ ਕਟਿੰਗ ਨਹੀਂ ਹੋਣੀ ਚਾਹੀਦੀ, ਸੇਮ ਕਾਪੀਆਂ 2, ਇਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ, ਇਹਦਾ ਮਤਲਬ ਇਹਨਾਂ ਕੋਲ 3 ਕਾਪੀਆਂ।
उस तो बाद में अफसर से यह बख बख समय आ देखो कि रिकॉर्ड आते बिना भी मेरे को घरे होर घर पे स्थानक सरकार विभाग में मानयोग मुख्यमंत्री एस एस पी साहब पंजाब इनफॉर्मेशन डिपार्टमेंट में इस तरह जिमें चोरी दी वारदातें और मरिंडे हुई हैं अपने जिकना मुख्यमंत्री साहब ने बहुत सानू ग्रांटा दे के इतने नवाजे जिसका असं हर समय सोवा भी करते रहते कि ताकि मरिंडे का सा सुधार आ इसी बदौलत हो ये साढ़े जोड़े एम एल ए साहब इन्हों अजम नीति होंगी गल भी साोभा करो कि मेरा सूल आ भी जिदा खाइए वो कौन खाइए मैं क्या था भी 1 रुपया भी अपना लियाओ तुम लियाओगे अभी थोड़े कौन खाओ पर तकरीबन साल तो दबा पा रहे थे भी साढ़े च रलो असी इस गल तो गए नहीं इस करके साढ़े पर धक्का कर रहे खास नहीं आई है भी इन्हों की एक जिकना सरकार की नाकामी है भी व्हाट्सएप से पहला आ गई मेरे को हले आई एडी देखो उन्होंने लीक हर एक गल इन्ह की सब तो पहला लीक होंगी हर एक दरखास्त की व्हाट्सएप से घूम रही है और तकरीबन थोनू तीन पत्रकार पर आए सारे पता है मैं बख बख समय इन्ह की आवाज उठा रहा भी ए मुद्दे पर मुद्दे पर तकरीबन मैं 2 साल जोड़ा काम कर 20 साल जिन्ना काम करता बख बख समय दरखास्तान दिता रहना महकमे से क्योंकि उत्तर मैं दरखा ज्यादातर ड्यूटी दफ्तर बैठ के दिना क्योंकि तकरीबन इन्नी किसी एम सी ने ड्यूटी दी होनी जिनी मैं 2 साल दी है क्योंकि एक तरह की मैं 30 अख खोल के उत्थे बैठा भी ताकि साड़ी लुट खो ना हो क्योंकि असं सहु चुक के आने जो आने भी जिन्ना भी काम करिए निष्काम होकर करिए हम जो देखो जी कहने निजी काम वास्ते गया देखो मेरा स्पार्ट खुद लिखा है भी 8 काउंसलर असी डीसी मैडम मिल गए और असं 8 काउंसलर ही डीसी मैडम मिल के आए उस संबंध में मैं आरटीए उन्होंने पाई है डीसी मैडम सानू उस दिन का रिकॉर्ड दिता जाए मैं जो अपना आप पक्ष भी रखे तो 40 पेजों का कागज भेजे थे स्थानक सरकार विभाग में उस समय भी मैं उन्होंने 2 दरखास्तों दिखाई दी भी मैंने एक लॉग बुक की कापी मिल जाए मैं वो थोड़े को पेश करूंगा एक मैं डीसी मैडम तो रिकॉर्ड मिल जाए पेश करूंगा जबकि मैं लॉग बुक वाला 2 लॉग बुकों का रिकॉर्ड मैं उन्होंने को भेज चुके ती मैं हाल तक नहीं मिली ये पर उन्होंने मेरा बिल्कुल सुनिया ही नहीं ना ही 8 काउंसलर बुलाया गया ना मैंने सुनाया गया जबकि जेडे काउंसलर पर दरखास्त आ ना उन्हें जवाब दिता और ना वो उत्थे कोई मुड़ के कार्रवाई हुई मेरे पर धक्के सरकार भी ताकि साढ़े पार्टी के रले भी ताकि सरकार बने क्योंकि 2.5 साल हो गए साढ़े ही काम चल रहे हैं आम पार्टी सरकार का 1 भी रुपया नहीं आया मरिंडे च क्योंकि इस बदौलत मैं कहता रहना हर टमें मुख्यमंत्री ने पैसे दते साडा अंडरब्रिज साडा बनया लाइटा साडिया लगिया कैमरे साडे लगे तो वह सगा तो साढ़े पैसे आ काम रुकया है सीवरेज और वाटर सप्लाई ने इस तरह का मरिंडा पटिया पे क्योंकि ज्यादातर ठेके का काम भी कई अफसर ने लिता है ये उन्होंने गल चुभती है कि यह क्यों आवाज बुलंद करी जाता है साढ़े पर कार्रवाई करता उस तो बिना जब मेरी कार्रवाई नहीं हुई किसी दरखास्तों के उत्ते तो मैं इन्होंने पर रोपड़ केस भी पाया इन्होंने पर तकरीबन उस 16-17 अफसर हैं जिसे चल जाए और तुम पहला जानकार हाँ विजिलेंस को भी रिकॉर्ड पहली बारी मरिंडे तो चक हो यही इन्होंने ताकि जांच हो सके वो भी पता नहीं कितने ना कि उस ले दे के दबिया जाता हाँ मेरे पर कोई दाग ला दे भी 1 रुपया मैं इतने तो कोई खादा हो गए और वार्ड वास्ते निष्काम सेवा की गड्डी जी सरकारी जी देखो जो सा नगर कौंसल का प्रधान नहीं चुनाया गया एक कौंसलर लेके जाए तो पर कार्रवाई करनी बनती है बहुत गिणती असं कौंसलर लेके गए हैं मान लो 15 कौंसलर असं 9 कौंसलर ने मता पा के लेके गए थे रजिस्टर लग गया है रजिस्टर रजिस्टर पर असं मता पाया 8 तरीक न जो कार्रवाई होनी सुनी इन्होंने असं इन्हों एस डी एम साहब नता भी सां मीटिंग रख ली 19 तरीक पहुंचना एस डी एम साहब कार्ज साधक अफसर जो अशोक पथरी है वो पैसे ही इन्ने आ गए अफसर की निगाह बदल गई भी कौंसलर क्यों बोलन क्यों ना साढ़े ढिड भरे जा।